ਭਾਨੇ ਕੋਲ ਕਿਹੜਾ ਇਹੋ ਜਿਹਾ ਥਰਮਾਮੀਟਰ ਹੈ ਜਿਹੜਾ ਇਹ ਆਉਂਦੇ ਸਾਰੇ ਇਹਨੂੰ ਬੰਦੇ ਦਾ ਪਤਾ ਲੱਗ ਜਾਂਦਾ ਵੀ ਹਾਂ ਬੰਦੇ ਨਾਲ ਠੱਗੀ ਹੋ ਗਈ। ਅਨਪੜ੍ਹ ਤੂੰ ਹੈਗਾ, ਤੈਨੂੰ ਕਿਸੇ ਅੱਖਰ ਦਾ ਪਤਾ ਨਹੀਂ ਲੱਗਦਾ। ਸਵੇਰੇ ਉੱਠਦਾ ਮੂੰਹ ਧੋਤਾ ਨਹੀਂ ਹੁੰਦਾ, ਅੱਖਾਂ 'ਚ ਗਿੱਡ ਹੁੰਦੀ। ਲਾਈਕ ਨੂੰ ਤੂੰ ਲੈਬ ਦੱਸਦਾ, ਗਲਤ ਜਗ੍ਹਾ ਪੰਗਾ ਲੈ ਲਿਆ। ਭਾਨੇ ਤੈਨੂੰ ਇਹ ਪ੍ਰੂਫ ਕਰਨਾ ਪੈਣਾ ਕੋਰਟ ਦੇ ਵਿੱਚ, ਪਬਲਿਕ ਦੇ ਵਿੱਚ, ਅਸੀਂ ਠੱਗੀ ਇਹਦੇ ਨਾਲ ਕਿੱਥੇ ਕਰੀ ਹੈ। ਜਿਹੜੀ ਤੂੰ ਸਟੇਟਮੈਂਟਾਂ ਦਈਆਂ ਨਾ, ਇਹ ਸਟੇਟਮੈਂਟ ਦੀ ਇੱਕ ਗੱਲ ਤੁਹਾਨੂੰ ਦੱਸਣੀ ਪਊਗੀ ਵੀ ਕਿੱਥੇ ਹੋਈ ਠੱਗੀ। ਭਾਨੇ ਕੋਲ ਕਿਹੜਾ ਇਹੋ ਜਿਹਾ ਥਰਮਾਮੀਟਰ ਹੈ ਜਿਹੜਾ ਇਹ ਆਉਂਦੇ ਸਾਰੇ ਇਹਨੂੰ ਬੰਦੇ ਦਾ ਪਤਾ ਲੱਗ ਜਾਂਦਾ ਵੀ ਹਾਂ ਬੰਦੇ ਨਾਲ ਠੱਗੀ ਹੋ ਗਈ। ਅਨਪੜ੍ਹ ਤੂੰ ਹੈਗਾ, ਤੈਨੂੰ ਕਿਸੇ ਅੱਖਰ ਦਾ ਪਤਾ ਨਹੀਂ ਲੱਗਦਾ। ਸਵੇਰੇ ਉੱਠਦਾ ਮੂੰਹ ਧੋਤਾ ਨਹੀਂ ਹੁੰਦਾ, ਅੱਖਾਂ 'ਚ ਗਿੱਡ ਹੁੰਦੀ। ਲਾਈਕ ਨੂੰ ਤੂੰ ਲੈਬ ਦੱਸਦਾ, ਗਲਤ ਜਗ੍ਹਾ ਪੰਗਾ ਲੈ ਲਿਆ। ਅਸੀਂ ਵੀ ਕਿਸਾਨਾਂ ਦੀ ਗੁੱਸਾ ਹੈ, ਪਰ ਤੇਰੇ ਵਰਗੀਆਂ ਖਰਚਾਂ ਵਾਂਗੂ ਅਸੀਂ ਠੱਗੀਆਂ ਮਾਰ ਕੇ ਕਿਸੇ ਨੂੰ ਬਲੈਕਮੇਲ ਕਰਕੇ ਪੈਸੇ ਨਹੀਂ ਬਣਾਏ ਹੋਏ। ਤੁਹਾਡੇ ਵਰਗੇ ਬਲੈਕਮੇਲਰਾਂ ਕਰਕੇ ਪੰਜਾਬ ਕਿਸੇ ਨੂੰ ਕੋਈ ਮੂੰਹ ਨਹੀਂ ਕਰਦਾ। ਤੇਰਾ ਕਹਿੰਦਾ ਤਾਂ ਦੰਦੀਆਂ ਕੱਢ ਕੇ ਸਾਰ ਦੇਣਾ, ਤੁਹਾਡੇ ਕੋਲ ਕਿਆ ਹੁੰਦਾ? ਤੁਸੀਂ ਤਾਂ ਛਿੱਤਰ ਖਾ ਕੇ ਉਵੇਂ ਕੱਪੜੇ ਝਾੜ ਕੇ ਫੇਰ ਉੱਠ ਜਾਂਦੇ ਆ। ਸਾਨੂੰ ਧਮਕੀਆਂ ਦਿੰਦਾ ਵੀ ਮੈਨੂੰ ਫ੍ਰੀ ਦੇ ਵਿੱਚ ਬਾਹਰ ਭੇਜੋ। ਅੱਜ ਤੱਕ ਸਾਡੇ ਖਿਲਾਫ਼ ਕੋਈ FIR ਨਹੀਂ। ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਨਾ, ਉਹ ਇਹ ਹੈ, ਅਸੀਂ ਕੋਈ ਵੀ ਪੈਸਾ ਬੱਚੇ ਤੋਂ ਪਹਿਲਾਂ ਨਹੀਂ ਲੈਂਦੇ। ਸਾਰੇ ਪੈਸੇ ਅਸੀਂ ਵੀਜ਼ਾ ਲੱਗੇ ਤੋਂ ਬਾਅਦ ਲੈਂਦੇ। ਪਹਿਲਾਂ ਅਸੀਂ ਸਾਰੀ ਲਿਖਤ ਪੜਤ ਕਰਦੇ ਹਾਂ। ਸਾਡੇ ਕੋਲ 800 ਬੰਦਾ ਕੰਮ ਕਰਦਾ, ਉਹਨਾਂ ਨੂੰ ਜਿਹੜੀ ਤਨਖਾਹ ਹੈ ਉਹ ਭਾਨਾ ਸਿੱਧੂ ਦੇ ਕੇ ਜਾਂਦਾ। ਭਾਨਾ ਇਹਦੇ ਵਿੱਚ ਬੋਲ ਰਿਹਾ, ਵੀਡੀਓ ਦੇ ਵਿੱਚ ਵੀ ਐਡੀਟਿੰਗ ਕਰਕੇ ਦੇਤੀ ਹੈ ਜਿਹੜੀ। ਭਾਨੇ ਤੂੰ ਪ੍ਰੂਫ ਕਰ, ਤੂੰ ਗੱਲ ਐਸੀ ਜਗ੍ਹਾ ਪੰਗਾ ਲਿਆ ਨਾ, ਤੂੰ ਤੇਰਾ ਭੰਗੜਾ ਪਾਉਂਦੇ ਅਸੀਂ। ਹੁਣ ਸਾਰੇ ਕਲਾਕਾਰ ਤੇ ਤੂੰ NOC ਲੈ ਕੇ ਜਾਇਆ ਕਰਨ ਵੀ ਅਸੀਂ ਕਿਹਦੀ ਐਡ ਕਰਨੀ ਹੈ, ਕਿਹੜੀ ਫਿਲਮ ਕਰਨੀ ਹੈ, ਕਿਆ ਕੰਮ ਕਰਨਾ। ਫਿਰ ਤੁਸੀਂ ਕਹਿੰਦੇ ਵੀ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ। ਹਾਂਜੀ, ਇੱਕ ਟਿਕਟੋਕਰ ਹੈ, ਭਾਨਾ ਭੁੰਨਾ ਸਿੱਧੂ ਨਾਮ ਹੈ ਉਹਦਾ। ਉਹਨੇ ਅੱਜ ਸਾਡੇ ਖਿਲਾਫ਼ ਕੋਈ ਬਕਵਾਸ ਮਾਰੀ ਹੈ ਸੋਸ਼ਲ ਮੀਡੀਆ ਦੇ ਉੱਤੇ, ਮੈਨੂੰ ਕਿਸੇ ਨੇ ਦਿਖਾਈ ਹੈ। ਮੈਂ ਉਹਦੇ ਸੰਬੰਧ ਵਿੱਚ ਇਹ ਵੀਡੀਓ ਬਣਾ ਰਿਹਾ। ਮੈਂ ਆਪਣੀ ਜਨਤਾ ਨੂੰ, ਪਬਲਿਕ ਨੂੰ ਆਪਣਾ ਪੱਖ ਰੱਖਣਾ ਚਾਹੁੰਦਾ। ਭਾਨੇ ਦੀ ਜਿਹੜੀ ਮੈਂ ਲੈਂਗੁਏਜ ਦੇਖੀ ਹੈ, ਮੈਂ ਇਹ ਜਵਾਬ ਉਹਦੇ ਵਾਲੀ ਲੈਂਗੁਏਜ ਵਿੱਚ ਤਾਂ ਦੇ ਨਹੀਂ ਸਕਦਾ, ਕਿਉਂਕਿ ਮੈਨੂੰ ਲੱਗਦਾ ਉਹਦੀ ਪਰਵਰਿਸ਼ ਵਿੱਚ ਅਤੇ ਸਾਡੀ ਪਰਵਰਿਸ਼ ਵਿੱਚ ਸਾਡੇ ਮਾਂ ਬਾਪ ਨੇ ਸਾਨੂੰ ਕਿਸੇ ਹੋਰ ਤਰੀਕੇ ਨਾਲ ਪਾਲਿਆ ਹੋਇਆ। ਉਹਦੀ ਪਰਵਰਿਸ਼ ਕਿਸੇ ਹੋਰ ਕਿਸਮ ਨਾਲ ਹੋਈ ਹੈ, ਜਿਹੜਾ ਉਹਦਾ ਬੋਲਣ ਦਾ ਤਰੀਕਾ ਐਵੇਂ ਦਾ ਹੈ। ਸੋ ਗੱਲ ਇਹ ਹੈ, ਇੱਕ ਇਹਦੇ ਨਾਲ ਖੱਚ ਖੜੀ ਹੈ, ਉਹਦੇ ਖਿਲਾਫ਼ ਅਸੀਂ ਕੰਪਲੇਂਟ ਦੇਈ ਸੀ, ਉਹਦੇ ਖਿਲਾਫ਼ ਅਸੀਂ ਇੱਕ ਵੀਡੀਓ ਵੀ ਪਾਈ ਹੈ 24 ਤਰੀਕ ਨੂੰ, ਸਾਡੇ ਪੇਜ 'ਤੇ ਦੇਖ ਸਕਦੇ ਹਾਂ, ਅਸੀਂ ਪ੍ਰੈਸ ਕਾਨਫਰੰਸ ਰੱਖੀ ਸੀ। ਇਹ ਖੱਚ ਨੇ ਕੀ ਕਰਿਆ, ਇਹਨੇ ਪਹਿਲਾਂ ਆਪਦੀ ਸਿਸਟਰ ਦਾ ਵੀਜ਼ਾ ਲਿਆ ਸਾਡੇ ਤੋਂ, ਉਹਨੂੰ ਗਏ ਨੂੰ 6 ਮਹੀਨੇ ਹੋ ਗਏ ਬਾਹਰ। ਉਹ ਤੋਂ ਬਾਅਦ ਇਹ ਬੜਾ ਖੁਸ਼ ਵੀ ਉਹਨਾਂ ਦਾ ਵੀਜ਼ਾ ਆ ਗਿਆ। ਇਹਨੇ ਪਲੈਨਿੰਗ ਦੇ ਤਹਿਤ ਸਾਡੇ ਕੋਲ, ਕਿਉਂਕਿ ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਨਾ, ਉਹ ਇਹ ਹੈ, ਅਸੀਂ ਕੋਈ ਵੀ ਪੈਸਾ ਬੱਚੇ ਤੋਂ ਪਹਿਲਾਂ ਨਹੀਂ ਲੈਂਦੇ। ਸਾਰੇ ਪੈਸੇ ਅਸੀਂ ਵੀਜ਼ਾ ਲੱਗੇ ਤੋਂ ਬਾਅਦ ਲੈਂਦੇ। ਪਹਿਲਾਂ ਅਸੀਂ ਸਾਰੀ ਲਿਖਤ ਪੜਤ ਕਰਦੇ ਹਾਂ, ਬੱਚੇ ਨੂੰ ਕਹਿੰਦੇ ਹਾਂ ਵੀ ਆਹ ਤੇਰਾ ਕਾਲਜ ਹੈ, ਆਹ ਤੇਰੇ ਕਾਗਜ਼ ਹੈ, ਆਹ ਤੇਰਾ ਐਗਰੀਮੈਂਟ ਹੈ। ਐਗਰੀਮੈਂਟ ਪੜ੍ਹ ਕੇ ਬੱਚਾ ਸਾਈਨ ਕਰਦਾ ਹੈ, ਅੰਗੂਠੇ ਲਾਉਂਦਾ। ਉਦੋਂ ਬਾਅਦ ਅਸੀਂ ਉਹਦੀਆਂ ਫੀਸਾਂ ਆਪਣੇ ਕੋਲੋਂ ਭਰਦੇ ਹਾਂ, ਸਾਰੀ ਉਹਦੇ ਨਾਲ ਲਿਖਤ ਪੜਤ ਹੁੰਦੀ ਹੈ। ਫਿਰ ਉਹ ਬੱਚੇ ਦਾ ਅਸੀਂ ਵੀਜ਼ਾ ਅਪਲਾਈ ਕਰਦੇ ਹਾਂ, ਬੱਚੇ ਦਾ ਵੀਜ਼ਾ ਲੱਗ ਜਾਂਦਾ। ਫਿਰ ਅਸੀਂ ਬੱਚੇ ਨੂੰ ਕਹਿੰਦੇ ਹਾਂ ਵੀ ਭਾਈ ਤੂੰ ਹੁਣ ਆਪਣਾ ਤਿਆਰੀ ਕਰ ਲੈ, ਬਾਹਰ ਨੂੰ ਚਲੇ ਜਾ, ਸਾਨੂੰ ਸਾਡੇ ਪੈਸੇ ਦੇ ਜਾ, ਜੋ ਬਣਦੇ ਜੋ ਆਪਣਾ ਇਕਰਾਰ ਹੋਇਆ। ਅੱਜ ਤੱਕ ਅਸੀਂ 1000 ਬੱਚੇ ਭੇਜੇ ਹਾਂ, ਕਦੇ ਕਿਸੇ ਵੀ ਬੱਚੇ ਵੱਲੋਂ ਸਾਡੇ ਖਿਲਾਫ਼ ਕੋਈ ਕੰਪਲੇਂਟ ਨਹੀਂ, ਅੱਜ ਤੱਕ ਸਾਡੇ ਖਿਲਾਫ਼ ਕੋਈ FIR ਨਹੀਂ ਕਿਸੇ ਵੀ ਥਾਣੇ ਦੇ ਵਿੱਚ। ਇਹ ਦੇਖਦਾ ਹੈ ਜਦੋਂ ਇਹਨੇ ਆਪਣੀ ਭੈਣ ਦਾ ਵੀਜ਼ਾ ਲਵਾਇਆ, ਕਿਉਂਕਿ ਇਹਨੇ ਆਪਣੀ ਭੈਣ ਦਾ ਵੀਜ਼ਾ ਵੀ ਕਿਸੇ ਮੁੰਡੇ ਵਾਲਿਆਂ ਤੋਂ ਪੈਸੇ ਲੈ ਕੇ ਲਵਾਇਆ, ਆਪਦੇ ਕੋਲ ਤਾਂ ਇਹਨਾਂ ਕੋਲ ਸੀਗੇ ਨਹੀਂ, ਸਾਨੂੰ ਬਾਅਦ 'ਚੋਂ ਪਤਾ ਲੱਗੀ ਇਹ ਗੱਲ। ਉਹ ਤੋਂ ਬਾਅਦ ਇਹ ਦੇਖਦਾ ਵੀ ਮੈਂ ਵੀ ਫ੍ਰੀ ਦੇ ਵਿੱਚ ਆਪਦਾ ਪਹਿਲਾਂ ਅਪਲਾਈ ਕਰ ਲੈਂਦਾ, ਜਾਂ ਅਪਲਾਈ ਕਰ ਦਿੰਦਾ, ਅਸੀਂ ਯਕੀਨ ਕਰਕੇ ਐਗਰੀਮੈਂਟ ਕਰਕੇ ਇਹਦਾ ਵੀਜ਼ਾ ਲੈ ਲੈਂਦੇ ਹਾਂ। ਉਦੋਂ ਬਾਅਦ ਪੈਸੇ ਤਾਂ ਇਹਦੇ ਕੋਲ ਹੁੰਦੇ ਹੀ ਨਹੀਂ, ਇਹ ਸਾਨੂੰ ਕਹਿੰਦਾ, ਸਾਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਲੈਂਦਾ, ਕਦੇ ਸਾਨੂੰ ਧਰਨਿਆਂ ਦੇ ਧਮਕੀਆਂ ਦਿੰਦਾ, ਕਦੇ ਕਿਸਾਨਾਂ ਦੀਆਂ ਧਮਕੀਆਂ ਦਿੰਦਾ, ਕਦੇ ਕੁਛ ਦਿੰਦਾ, ਕਦੇ ਇਹਦੀ ਦਿੰਦਾ। ਆਹ ਜਿਹੜੇ ਕਲਾਕਾਰ ਦੇ ਕੋਲ ਬੈਠਾ ਹੈ, ਜਿਹੜਾ ਟਿਕਟੋਕਰ ਕਲਾਕਾਰ, ਮੈਨੂੰ ਵੀ ਅੱਜ ਹੀ ਪਤਾ ਲੱਗਿਆ ਵੀ ਕਹਿੰਦੇ ਵੀ ਇਹ ਸਮਝ ਰਿਹਾ ਵੀ ਮੈਂ ਹੀ ਸਾਰਾ ਕੁਛ ਚਲਾ ਰਿਹਾ। ਸੋ ਇਹ ਸਾਨੂੰ ਧਮਕੀਆਂ ਦਿੰਦਾ ਵੀ ਮੈਨੂੰ ਫ੍ਰੀ ਦੇ ਵਿੱਚ ਬਾਹਰ ਭੇਜੋ, ਨਹੀਂ ਤਾਂ ਮੈਂ ਤੁਹਾਡੀ ਬਦਨਾਮੀ ਕਰੂੰਗਾ, ਧਰਨਾ ਲਾਊਂਗਾ, ਇਹ ਕਰੂੰਗਾ, ਵੋ ਕਰੂੰਗਾ। ਇਹਨੇ ਬੜੀ ਕੋਸ਼ਿਸ਼ ਕਰੀ, ਅਸੀਂ ਸੱਚੇ ਸੀਗੇ, ਅਸੀਂ ਇਹਦੇ ਖਿਲਾਫ਼ ਕੰਪਲੇਂਟ ਵੀ ਦੇਈ, ਅਸੀਂ ਕਿਉਂ ਭੇਜੀਏ, ਸਾਡੇ ਕੋਲ 800 ਬੰਦਾ ਕੰਮ ਕਰਦਾ, ਉਹਨਾਂ ਨੂੰ ਜਿਹੜੀ ਤਨਖਾਹ ਹੈ ਉਹ ਭਾਨਾ ਸਿੱਧੂ ਦੇ ਕੇ ਜਾਂਦਾ।
ਜੇ ਇਹੋ ਜਿਹੀਆਂ ਖਰਚਾਂ ਸਾਡੇ ਕੋਲ ਆਉਣ ਲੱਗ ਗਈਆਂ ਫ੍ਰੀ ਦੇ ਵਿੱਚ ਵੀਜ਼ਾ ਲਵਾ ਕੇ, ਉਹਨਾਂ ਨੇ ਰੋਟੀ ਕਿੱਥੋਂ ਖਾਣੀ ਹੈ? ਜਿਹੜੀ ਗੱਲ ਅਸੀਂ ਪਹਿਲਾਂ ਕਰਦੇ ਹਾਂ, ਜਿਹੜਾ ਇਕਰਾਰ ਹੁੰਦਾ ਹੈ, ਉਸੇ ਦੇ ਨਾਲ ਹੀ ਅਸੀਂ ਪਹਿਲਾਂ ਬੱਚੇ ਨੂੰ ਪੁੱਛਦੇ ਹਾਂ ਵੀ ਤੈਨੂੰ ਆਹ ਕਾਲਜ ਪਸੰਦ ਹੈ, ਤੈਨੂੰ ਆਹ ਚੀਜ਼ ਪਸੰਦ ਹੈ, ਉਦੋਂ ਸਾਡੇ ਕੋਲ ਮਿੰਨਤਾਂ ਕਰਦੇ ਵੀ ਮੈਨੂੰ ਐਡਮਿਸ਼ਨ ਦਵਾ ਦਿਓ ਜੀ, ਮੇਰੀ ਤਾਂ ਕੋਈ ਫਾਈਲ ਹੀ ਨਹੀਂ ਫੜਦਾ। ਐਡਮਿਸ਼ਨ ਲੈ ਕੇ ਵੀਜ਼ਾ ਲੈ ਲੈਂਦੇ ਹਾਂ, ਵੀਜ਼ਾ ਲੈ ਕੇ ਜਾਂਦੇ, ਸਾਰੇ ਬੱਚੇ ਬੜੇ ਖੁਸ਼ ਹੋ ਕੇ ਜਾਂਦੇ ਆ, ਪਰ ਹਜ਼ਾਰਾਂ ਦੇ ਵਿੱਚੋਂ ਇੱਕ ਅੱਧਾ ਤਾਂ ਫਿਰ ਇੱਦਾਂ ਦਾ ਮਿਲੇ ਜਾਂਦਾ। ਸੋ ਇਹਨੇ ਵੀਜ਼ਾ ਲਗਵਾ ਲਿਆ, ਹੁਣ ਇਹ ਸਾਨੂੰ ਪਿਛਲੇ 3 ਮਹੀਨਿਆਂ ਤੋਂ ਸਾਨੂੰ ਬਲੈਕਮੇਲ ਕਰ ਰਿਹਾ ਵੀ ਮੈਂ ਇਹ ਕਰ ਦੂੰਗਾ ਜੀ, ਵੋ ਕਰ ਦੂੰਗਾ, ਮੈਨੂੰ ਫ੍ਰੀ 'ਚ ਭੇਜੋ ਅਤੇ ਨਾਲੇ ਮੈਨੂੰ ਮੇਰੀ ਦੂਜੀ ਸਿਸਟਰ ਦੇ ਪੈਸੇ ਵਾਪਸ ਕਰੋ, ਉਹਦੇ ਵੀ ਪੈਸੇ ਵਾਪਸ ਮੰਗਦਾ। ਹੁਣ ਕਿਸੇ ਬੰਦੇ ਨਾਲ ਇੱਕ ਜਗ੍ਹਾ ਠੱਗੀ ਹੋ ਗਈ, ਇੱਕ ਵਾਰੀ ਠੱਗੀ ਹੋ ਗਈ ਤੁਹਾਡੇ ਨਾਲ, ਦੁਬਾਰਾ ਤੁਸੀਂ ਉਸ ਦੁਕਾਨ 'ਤੇ ਜਾਂਦੇ ਹੋ ਇਹ ਕਹਿੰਦਾ ਕਹਿੰਦਾ ਮੇਰੀ ਭੈਣ ਨਾਲ ਠੱਗੀ ਕਰ ਲਈ ਜੀ, ਉਹ ਕੈਨੇਡਾ 'ਚ ਬੈਠੀ ਹੈ, 6 ਮਹੀਨੇ ਹੋ ਗਏ ਉਹਨੂੰ ਪੜ੍ਹਦੇ ਨੂੰ, ਕੋਈ ਇਹਨਾਂ ਕੋਲ ਪ੍ਰੂਫ ਹੈ? ਕੋਈ ਕਾਲਜ ਨੇ ਕੋਈ ਕਾਗਜ਼ ਮੰਗਿਆ ਇਹਨਾਂ ਤੋਂ? ਕੋਈ ਕਾਲਜ ਨੇ ਇਹਨਾਂ ਤੋਂ ਮੰਗਿਆ ਵੀ ਸਾਨੂੰ ਫੀਸ ਭਰ ਦਿਉ? ਸਾਰੀਆਂ ਫੀਸਾਂ ਭਰੀਆਂ ਹੋਈਆਂ ਅਤੇ ਇਹਨਾਂ ਨੂੰ ਡਾਕੂਮੈਂਟ ਦਏ ਹੋਏ ਆ, ਸਾਡੇ ਕੋਲ ਇੱਕ ਇੱਕ ਪ੍ਰੂਫ ਪਿਆ। ਭਾਨਾ ਸਾਨੂੰ ਬਾਰ ਭਾਨਾ ਇਹਦੇ ਵਿੱਚ ਬੋਲ ਰਿਹਾ, ਵੀਡੀਓ ਦੇ ਵਿੱਚ ਵੀ ਐਡੀਟਿੰਗ ਕਰਕੇ ਦੇਤੀ ਹੈ ਜੀ, ਭਾਨੇ ਤੂੰ ਪ੍ਰੂਫ ਕਰ ਵੀ ਐਡਿਟ ਕਰਿਆ ਹੋਇਆ, ਅਤੇ ਕੋਈ ਕਿਹੜਾ ਇਹੋ ਜਿਹਾ ਥਰਮਾਮੀਟਰ ਹੈ ਵੀ ਤੂੰ ਆਉਂਦੇ ਸਾਰੀ ਬੰਦਾ ਤੇਰੇ ਕੋਲ ਆਉਂਦਾ ਕੋਈ ਗੱਲ ਦੱਸਦਾ ਤੈਨੂੰ, ਉਦੋਂ ਪਤਾ ਲੱਗੇ ਨਾ ਦੂਏ ਦਾ ਤੂੰ ਪੱਖ ਨਹੀਂ ਸੁਣਦਾ, ਤੈਨੂੰ ਇਹ ਹੈ ਵੀ ਜਿਹੜੀਆਂ ਫੇਮਸ ਕੰਪਨੀ ਹੈ ਕੋਈ ਉਹਦਾ ਨਾਮ ਲੈ ਕੇ ਆਪਦੀ ਤੈਨੂੰ ਫੇਮ ਦੇ ਚੱਕਰ ਦੇ ਵਿੱਚ ਤੂੰ ਬੋਲਦਾ, ਆਪਦੇ ਵਿਊਆਂ ਦੇ ਚੱਕਰ ਦੇ ਵਿੱਚ। ਦੋਸਤੋ ਮੈਂ ਮੰਨਦਾ ਹੈ ਜਿਹੜੀ ਇਹ ਇਮੀਗ੍ਰੇਸ਼ਨ ਇੰਡਸਟਰੀ ਹੈ ਨਾ, ਇਹ ਬੜੀ ਬਦਨਾਮ ਇੰਡਸਟਰੀ ਹੈ, ਇਹਦੇ ਵਿੱਚ ਜੇ ਤੁਸੀਂ 100 ਏਜੰਟਾਂ ਨੂੰ ਮਿਲੂਗੇ ਹੋ ਸਕਦਾ 95 ਉਹਦੇ ਵਿੱਚ ਤੁਹਾਨੂੰ ਚੋਰ ਮਿਲਣ, ਪਰ ਹਰ ਸਾਲ ਲੱਖਾਂ ਬੱਚਾ ਬਾਹਰ ਜਾਂਦਾ ਹੈ, ਲੱਖਾਂ ਲੋਕ ਬਾਹਰ ਜਾਂਦੇ ਆ, ਉਹ ਕਿਸੇ ਤਾਂ 5 ਜੈਨੂਅਨ ਦੇ ਥਰੂ ਜਾਂਦੇ ਹੋਣਗੇ, ਕੋਈ ਤਾਂ ਜੈਨੂਅਨ ਹੋਊਗਾ ਜਿਹਦੇ ਥਰੂ ਉਹ ਜਾਂਦੇ ਆ, ਤੁਸੀਂ ਸਾਰਿਆਂ ਨੂੰ ਇੱਕੋ ਰੱਸੀ ਨਾਲ ਨਹੀਂ ਨਾ ਬੰਨ ਸਕਦੇ, ਠੀਕ ਹੈ? ਜਿਹੜੇ ਗਲਤ ਕਰਦੇ ਆ ਉਹਨਾਂ ਦੇ ਖਿਲਾਫ਼ ਬੋਲੋ ਕਰੋ, ਪਰ ਪਹਿਲਾਂ ਦੂਈ ਧਿਰ ਦਾ ਪੱਖ ਤਾਂ ਸੁਣਨਾ ਚਾਹੀਦਾ। ਭਾਨੇ ਕੋਲ ਕਿਹੜਾ ਇਹੋ ਜਿਹਾ ਥਰਮਾਮੀਟਰ ਹੈ ਜਿਹੜਾ ਇਹ ਆਉਂਦੇ ਸਾਰੇ ਇਹਨੂੰ ਬੰਦੇ ਦਾ ਪਤਾ ਲੱਗ ਜਾਂਦਾ ਵੀ ਹਾਂ ਬੰਦੇ ਨਾਲ ਠੱਗੀ ਹੋ ਗਈ? ਭਾਨੇ ਹੁਣ ਤੈਨੂੰ ਚੈਲੇਂਜ ਹੈ, ਤੂੰ ਇਹ ਚੀਜ਼ ਪ੍ਰੂਫ ਕਰਨੀ ਹੈ ਕੋਰਟ ਦੇ ਵਿੱਚ ਵੀ, ਲੋਕਾਂ ਦੇ ਵਿੱਚ ਵੀ, ਤੂੰ ਇਹ ਚੀਜ਼ ਪ੍ਰੂਫ ਕਰਨੀ ਹੈ ਵੀ ਅਸੀਂ ਇਹਨਾਂ ਦੇ ਨਾਲ ਠੱਗੀ ਕਰੀ ਹੈ। ਜਿਹੜਾ ਕਾਲਜ ਇਹਨਾਂ ਨੂੰ ਐਗਰੀਮੈਂਟ ਹੋਇਆ, ਜਿਹੜੇ ਕਾਲਜ 'ਚ ਬੱਚਾ ਪੜ੍ਹਦਾ ਉਸੇ ਦਾ ਸਾਡੇ ਕੋਲ ਐਗਰੀਮੈਂਟ ਹੈ, ਉਹ ਉਸੇ ਦੀ ਆਫਰ ਲੈਟਰ ਲੈ ਕੇ ਬੱਚੇ ਨੇ ਮੈਡੀਕਲ ਕਰਵਾਇਆ, ਉਸੇ ਦੀ ਆਫਰ ਲੈਟਰ ਲੈ ਕੇ ਉਸੇ ਦੇ ਕਾਗਜ਼, ਉਸੇ ਦਾ LOA, ਉਸੇ ਦੇ ਕਾਗਜ਼ ਏਅਰਪੋਰਟ ਦੇ ਉੱਤੇ ਸਬਮਿਟ ਕਰਵਾਏ ਬੱਚੇ ਨੇ, ਉਦੋਂ ਤੱਕ ਇਹ ਸੁੱਤੇ ਪਏ ਸੀ। ਫਿਰ 4 ਮਹੀਨੇ ਲੰਘ ਗਏ ਉਹਨੂੰ ਗਏ ਨੂੰ ਇਹਨਾਂ ਦੀ ਸਿਸਟਰ ਨੂੰ, ਉਦੋਂ ਤੱਕ ਇਹ ਸੁੱਤੇ ਪਏ ਸੀ, ਉਦੋਂ ਤੱਕ ਇਹਨਾਂ ਨਾਲ ਕੋਈ ਠੱਗੀ ਨਹੀਂ ਸੀ ਹੋਈ। ਜਦੋਂ ਇਹਦਾ ਆਪਦਾ ਵੀਜ਼ਾ ਆ ਜਾਂਦਾ 2 ਫਰਵਰੀ ਨੂੰ ਇਹਦਾ ਵੀਜ਼ਾ ਆ ਜਾਂਦਾ, 2 ਫਰਵਰੀ ਤੋਂ ਬਾਅਦ ਇਹਨੂੰ ਪਤਾ ਲੱਗਦਾ ਵੀ ਹੁਣ ਮੈਂ ਬਲੈਕਮੇਲ ਕਿਵੇਂ ਕਰਾਂ ਅਤੇ ਫ੍ਰੀ ਦੇ ਵਿੱਚ ਕਿਵੇਂ ਜਾਵਾਂ, ਅਸੀਂ ਵਿਸ਼ਵਾਸ ਦੇ ਉੱਤੇ ਕੰਮ ਕਰਤਾ, ਵੀਜ਼ਾ ਲੈ ਲਿਆ, ਹੁਣ ਇਹਦੇ ਕੋਲ ਪੈਸੇ ਨਹੀਂ ਹੈ, ਹੁਣ ਅਸੀਂ ਫ੍ਰੀ 'ਚ, ਤੁਸੀਂ ਦੱਸੋ ਲੋਕੋ ਅਸੀਂ ਕਿਵੇਂ ਭੇਜ ਦਈਏ ਇਹਨੂੰ ਫ੍ਰੀ 'ਚ? ਭਾਨੇ ਤੈਨੂੰ ਇਹ ਪ੍ਰੂਫ ਕਰਨਾ ਪੈਣਾ ਕੋਰਟ ਦੇ ਵਿੱਚ, ਪਬਲਿਕ ਦੇ ਵਿੱਚ, ਅਸੀਂ ਠੱਗੀ ਇਹਦੇ ਨਾਲ ਕਿੱਥੇ ਕਰੀ ਹੈ? ਜਿਹੜੀ ਤੂੰ ਸਟੇਟਮੈਂਟਾਂ ਦਈਆਂ ਨਾ, ਇਹ ਸਟੇਟਮੈਂਟ ਦੀ ਇੱਕ ਇੱਕ ਗੱਲ ਤੈਨੂੰ ਦੱਸਣੀ ਪਊਗੀ ਵੀ ਕਿੱਥੇ ਹੋਈ ਠੱਗੀ। ਅਨਪੜ੍ਹ ਤੂੰ ਹੈਗਾ, ਤੈਨੂੰ ਕਿਸੇ ਅੱਖਰ ਦਾ ਪਤਾ ਨਹੀਂ ਲੱਗਦਾ, ਸਵੇਰੇ ਉੱਠਦਾ ਮੂੰਹ ਧੋਤਾ ਨਹੀਂ ਹੁੰਦਾ, ਅੱਖਾਂ 'ਚ ਗਿੱਡ ਹੁੰਦੀ, ਲਾਈਵ ਨੂੰ ਤੂੰ ਲੈਬ ਦੱਸਦਾ, ਸਵੇਰੇ ਉੱਠ ਕੇ ਮੰਜੇ ਪਰ ਜਦੋਂ ਕਹਿ ਦਿੰਦਾ ਭਗਵੰਤ ਮਾਨ ਮੇਰੀਆਂ ਗੱਲਾਂ ਦਾ ਜਵਾਬ ਦੇਵੇ, ਭਗਵੰਤ ਮਾਨ ਮੇਰੇ ਬਰਾਬਰ ਬਹਿ ਕੇ ਗੱਲ ਕਰੇ, ਘੰਟੇ ਕੁ ਨੂੰ ਤੂੰ ਫੇਰ ਲੈਬ ਹੋ ਜਾਂਦਾ, ਫਿਰ ਕਹਿੰਦਾ ਖਾਲਸਾ ਐਡ ਵਾਲੇ ਹਿਸਾਬ ਦਵੇਂ ਪੈਸਿਆਂ ਦਾ, ਸ਼ਾਮ ਤੱਕ ਤਾਂ ਤੂੰ ਮੋਦੀ ਨਾਲ ਪੰਗਾ ਲਿਆ ਹੁੰਦਾ, ਕਹਿੰਦਾ ਮੋਦੀ ਇਕੱਲੇ ਨੂੰ ਕੱਲਾ, ਤੈਨੂੰ ਫੇਰ ਦੱਸਦਾ ਮੈਂ ਕੌਣ ਹੈ, ਇੱਥੇ ਕੋਈ ਇਨਵੈਸਟਰ ਨਹੀਂ ਆਉਣਾ ਚਾਹੁੰਦਾ, ਕੋਈ ਕਾਰੋਬਾਰੀ ਨਹੀਂ ਆਉਣਾ ਚਾਹੁੰਦਾ। ਮੈਂ ਸਰਕਾਰ ਨੂੰ ਵੀ ਕਹਿਣਾ ਵੀ ਮੇਰੇ ਕਈ ਦੋਸਤ ਕਾਰੋਬਾਰੀ ਦੋਸਤ ਇਹ ਪੁੱਛਦੇ ਵੀ ਠੀਕ ਹੈ ਅਸੀਂ ਮਾਨ ਸਾਹਿਬ ਦੀਆਂ ਵੀਡੀਓ ਦੇਖਦੇ ਹਾਂ, ਮਾਨ ਸਾਹਿਬ ਸਾਨੂੰ ਕਹਿੰਦੇ ਹੈ ਉਹਦੇ ਵਿੱਚ ਕਾਰੋਬਾਰੀਆਂ ਨੂੰ ਇਨਵਾਈਟ ਕਰਦੇ ਹਾਂ ਵੀ ਤੁਸੀਂ ਆਓ, ਇੱਕੋ ਟੇਬਲ ਦੇ ਉੱਤੇ ਇੱਕੋ ਵਿੰਡੋ ਦੇ ਉੱਤੇ ਤੁਹਾਨੂੰ ਸਾਰੀਆਂ NOCਆਂ ਮਿਲ ਜੂਗੀਆਂ, ਬਿਜਲੀ ਦੀ ਲੈ ਲਓ, ਪੋਲਿਊਸ਼ਨ ਦੀ ਲੈ ਲਓ, ਸਾਰੀਆਂ ਤੁਹਾਨੂੰ ਇੱਕੋ ਇੱਕ ਸਿੰਗਲ ਵਿੰਡੋ ਤੁਹਾਡਾ ਕੰਮ ਹੋਊਗਾ। ਸਾਡੇ ਕਈ ਮਿੱਤਰ ਸਾਨੂੰ ਪੁੱਛਦੇ ਆ, ਕਹਿੰਦੇ ਜੀ ਅਸੀਂ ਪੰਜਾਬ 'ਚ ਕੰਮ ਕਰਨਾ ਚਾਹੁੰਦੇ ਪਰ ਸਾਨੂੰ ਆਹ ਧਰਨੇ ਵਾਲਿਆਂ ਦੀ ਕੋਈ NOC ਦਵਾ ਸਕਦਾ? ਧਰਨੇ ਵਾਲਿਆਂ ਦੀ ਵਜ੍ਹਾ ਕਰਕੇ ਜਿਹੜਾ ਪੰਜਾਬ ਦਾ ਨੁਕਸਾਨ ਹੋ ਰਿਹਾ ਨਾ, ਇਹ ਜਿਹੜੇ ਬਲੈਕਮੇਲਰ ਹੈ ਕੁਛ ਨਕਲੀ ਕਿਸਾਨ ਬਣ ਕੇ ਕਿਸਾਨਾਂ ਦਾ ਨਾਮ ਖਰਾਬ ਕਰਦੇ ਆ, ਜਿਹਦੇ ਬਾਹਰ ਦੇਖੋ ਤੁਸੀਂ ਬਹਿ ਜਾਂਦੇ ਧਰਨਾ ਲਾ ਕੇ, ਜਿਹਨੂੰ ਦੇਖੋ ਉਹਨੂੰ ਧਮਕਾ ਦਿੰਦੇ ਆ। ਭਾਨੇ ਮੈਂ ਤੈਨੂੰ ਪੁੱਛਦਾ, ਮੈਂ
मैं आ मोबाइल लेके आया, आ मैनू पसंद नहीं आया, दो दिन हो गए, मैं हुण वापस करना जी, ये पैसे मड़वा दूंगा मेरे। आ तेरे को हुण तेरे को वेड़े विच आ जूगा, कोई कहूगा भी मैनू महीना हो गया जी, चार महीने हो गया, साढ़े इन्हां नूं तां पढ़दे नूं 6 महीने हो गए, कोई कहे भी मैनू 2 महीने हो गए, मैं ट्रैक्टर लेके आया, मैनू पसंद नहीं आया, तू वापस करवा दी, फिर ट्रैक्टर वाले आने लग जूंगे तेरे को, फिर तू कह दी सारे ट्रैक्टर वाले ठग हुंदे आ, फिर कारा, फिर सारिया दुकाना सारे कारोबारिया नूं कह दे, तू कहना मेरे हिसाब दे नाल पैसे, हरेक नूं तू फोन करके कह देना तुसीं ठगियां मारदे, तुसीं पैसे लैने आ, अच्छा तैनूं पुछ के लिया करिए भी किन्ने पैसे लैने असीं, कल तू उरे बाहर जाके डॉक्टर नूं कहण लग जी, एक डॉक्टर नूं कही वो तो 50 रुपए च दवाई दे दिंदा, तू 5000 कहदे लैंदा, आपदे तजर्बे ते लैंदा, वकीलां नूं कहण लग जी भी चैनी खोई दा केस है, वह वकील तो मेरा 5000 च लगता, तू 50000 कहते मंगता, जमानत दे चैनी खोली थी, वह तेन दसूगा मैं अपने तजर्बे से मंगा, कमाल होगी, तू गलत जगह पंगा ले लिया, तेन दसना पेगा, असं भी किसानों की गुत्त है, पर तेरे वर्गियां खच्चा वागू असं ठगिया मार के किसी ब्लैकमेल करके पैसे नहीं बनाए हुए, मेहनत करके आए हैं जिथे आए हैं, थानू एजेंटा दी गड्डियां रड़कदियां, कोठियां रड़कदियां, पैसा रड़कदा, रड़को जड़े ठगिया मारदे ना उन्होंने बोलो ना, बोलो असं भी खड़ते नाल, उठते सवेरे मुंह से झग सिटन लग जाता, कोई तेन अकल नहीं, कोई गल नहीं, कोई कहानी नहीं, तेन ए भी बड़े कलाकार का नाम लेके मैं गिल साहब का नाम लेके मैं मशहूर हो जा, बस मेरे व्यू वजमे 5-4 हज़ार रुपया मैनू आजगा व्यूआ का। अज तू कई कलाकार बारे बोलिया, कई कलाकार बारे अज तू बकवास करी है, हूँ सारे कलाकार तेरे तो NOC लैके जाया करना भी असं कि ऐड करनी है, कि फिल्म करनी है, क्या काम करना है, तेरी सलाह लिया कर लूँ आके पहला, हूँ तू उधर भी बोलन लग जी अजय देवगन, उन्होंने भी तुम वो गुटके की ऐड कर दे, जो क्या होंगे जरदा जा, वो तो बंदे भी मरते हैं, वो बारे भी कदे हो फिर लैब, थोड़े वर्गे बंद करके ना, थोड़े वर्गे ब्लैकमेलर करके पंजाब किसी कोई मूँह नहीं करता, सारी जगह लोगों सारी जगह सरकार भी गलत नहीं होंगे, मैं किसी की हमायत नहीं करता, मैं कहना सारिया पार्टियां तुसी इको जी समझ लो, पर लोगों का भी कसूर है, यहोजे ब्लैकमेलर के खिलाफ सानू कट्ठे होना पैना, खड़ना पैना, जड़ा यह जहाँ कोई ब्लैकमेल करके किसी को नजायज तंग करता, किसी कारोबारी को, कोई कारोबारी हो, कोई दुकानदार हो, कोई हो, कोई किसी के बाहर जाके धरना लाने की दंदा, वो खिलाफ जाके धरना लाओ, लाने तेरे घर अस आए हैं, 800 बंदा रोटी खाता इस कंपनी के जिदे जिदे तू रोजी रोटी से लत मारनी चाहना, असी तेरे बेड़े में आके धरना लाने हैं, दऊंगा जवाब, तेरे क्या कहता दंदियां कढ़ के सार देना, थोड़े को क्या होंगे, तुम तो छित्र खा के उम्मी कपड़े झाड़ के फिर उठ जन्ने, अज तक किसी च जरूरत नहीं कोई बोल गया, क्योंकि किसी ते रुपया नहीं लिया, वीजा कर लाने काम करते हैं, बाद चो पैसे लैने कह के लैने, एग्रीमेंट करके लैने, उदो एग्रीमेंट के टाइम तू ना आया कर, उदो आया कर भी मैं एग्रीमेंट बी मैं आऊंगा, मैं दसूंगा थोनू कि एजेंट वधिया है, बाहर चले गए, बाहर चले लोगों ने रोटी नहीं खानी, पंजाब खाली करता, असी कोई किडनैप करके करिया, असी म्यूनसीपल कमेटी वाले मंगना, यह आवारा पशु है लोग जिहड़े जिन्हें कट्ठे करके असी छड्डे आए पर जंगलों च, लोग आप रुजगार की भाल से साढ़े को आने, तेरे वर्गे उरे रुजगार नहीं पैदा होने देंगे, पंजाब खाली करता जी, तू की करन गया था बाहर, पहले मैनू ए दस, मैनू दसिया कहते भी आप भी फिरता सी उत्थे, तैनू रखिया नहीं किसी ने, लोगों को कहना बाहर ना जाओ, तू की लैन गया सी उत्थे, तेरा तो तू गल ऐसी जगह पंगा लिया ना पुत, हुण तेरा भंगड़ा पाऊंगे असीं, सिस्टम कानून कोई है ही नहीं, सारी जगह तू ही बह जा उत्थे अदालत लाके, उरे थाने कचहरियां सारे बंद करवा दें, एक तरफा सुन के वीडियो पा देगा, तू कहना एडिट कर फलाना कॉलेज लेता धमकाना लेता आ करता वो करता पैसे मुड़ो लै, जा उरे असीं किसी स्कूल च पैसे भरवा देने किसी जवाक के, उरे किसी स्कूल तो मुड़वा के दिखा दे, 3 महीने बाद कह दी मैंने स्कूल पसंद नहीं, मुड़दा कोई स्कूल मुड़वा के दिखा फीस, उरे किसी कॉलेज की मुड़वा के दिखा, 300 कॉलेज कहना पंजाब तो खाली हो गया, तेरे वर्गिया करके होया, लोग डरते हैं भी साड़ी लाद यह जी ना बन जाए ता होया खाली, थोड़े वर्गे ब्लैकमेलर तो डर के होया, हर कोई चाहता भी कला कला जवाक है यह जहाँ तो बच जाए, तेरा क्या तू तो अपनी पुरानिया गंद मंद बोलिया हुआ पुरानिया वीडियो नैट पर पई तू अच कह दिना मैं ता जी उदो तो जी मेरे तो गलती हो गई उदो तो मेरी मत यह जी सी, हूँ 2 साल बाद फिर तू तो ऐ कह के सार दूंगा मेरी तो मत यह जी सी,
मैं गलत सी एजेंटा के खिलाफ बोलता सी जिन्हां दे तू नुकसान करना है जिन्हां दा तू हजारां लोग जिथे काम करते हैं रुजगार मिले होया उन्हां दी कंपनियां दा नुकसान करना भौंक के उहदी भरमाई होजू किते असी इज्जतदार परिवारां तों हां असी नहीं चाहते सी मूहरे आना पर तेरे वर्गे सानू मजबूर कर दे पहला बकवास मार दिंदे आ फिर तुसीं कहने वी सरकारां साडे नाल धक्का करदियां इन्हां ब्लैकमेलरां दे खिलाफ एक नवां मोर्चा खोलण लगे आ ਸਾਡੇ ਪੰਜਾਬ ਦੇ ਜਿੰਨੇ ਵੀ ਕਾਰੋਬਾਰੀ ਭਰਾ ਏ ਜਿਹਨੂੰ ਵੀ ਕੋਈ ਇਹ ਬਲੈਕਮੇਲਰ ਧਰਨਿਆਂ ਦੀ ਧਮਕੀ ਦੇ ਕੇ ਬਲੈਕਮੇਲ ਕਰਦਾ ਨਜਾਇਜ਼ ਤੰਗ ਕਰਦਾ ਜਿਹੜੇ ਵੀ ਜੈਨੂਅਨ ਕਾਰੋਬਾਰੀ ਹੈ ਉਹਨਾਂ ਨੂੰ ਅਸੀਂ ਪੰਜਾਬ 'ਚ ਬਚਾਉਣਾ ਅਸੀਂ ਉਹਨਾਂ ਦੇ ਹੱਕ 'ਚ ਖੜੂੰਗੇ ਜੇ ਧਰਨੇ ਦੀ ਧਮਕੀ ਦੇਣਗੇ ਅਸੀਂ ਧਰਨੇ ਦਾ ਅਸੀਂ ਆਪ ਹਜ਼ਾਰ ਬੰਦਾ ਲਿਜਾ ਕੇ ਇਹਨਾਂ ਦੇ ਵਿਹੜੇ 'ਚ ਬਿਠਾਉਂਗੇ ਇਹਨਾਂ ਦਾ ਜਲੂਸ ਕੱਢੂੰਗੇ ਅਸੀਂ ਇਹਨਾਂ ਨੇ ਗੰਦ ਪਾਇਆ ਹੋਇਆ ਪੰਜਾਬ 'ਚ ਜਿਹਦੇ 'ਚ ਕੋਈ ਨਹੀਂ ਵੀ ਸਮਰੱਥਾ ਹੋਊਗੀ ਕੋਰਟ ਕਚਹਿਰੀ 'ਚ ਜਾਣ ਦੀ ਅਸੀਂ ਉਹਨਾਂ ਦੇ ਆਪਣੇ ਵੱਲੋਂ ਕੇਸ ਲੜੂੰਗੇ ਇਹੋ ਜਿਹੇ ਬਲੈਕਮੇਲਰਾਂ ਨੂੰ ਅਸੀਂ ਪੰਜਾਬ 'ਚੋਂ ਭਜਾਉਣਾ ਕਾਰੋਬਾਰੀ ਬਚਾਉਣਾ ਲੋਕੋ ਹਰ ਜਗ੍ਹਾ ਸਰਕਾਰਾਂ ਗਲਤ ਨਹੀਂ ਹੁੰਦੀਆਂ ਇੱਕ ਪਾਸੇ ਤਾਂ ਪੰਜਾਬ ਦੀ ਤਰੱਕੀ ਲਈ ਸਰਕਾਰਾਂ ਉਦਯੋਗ ਮਿਲਣੀਆਂ ਕਰਵਾ ਰਹੀਆਂ ਦੂਜੇ ਪਾਸੇ ਐਵੇਂ ਦੇ ਬਲੈਕਮੇਲਰ ਜੈਨੂਅਨ ਕਾਰੋਬਾਰੀਆਂ ਨੂੰ ਪੰਜਾਬ 'ਚ ਟਿਕਣ ਨਹੀਂ ਦਿੰਦੇ ਸਾਡੀ ਇਸ ਕੰਪਨੀ ਦੇ ਵਿੱਚ 700-800 ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਕਰੋੜਾਂ ਰੁਪਈਆ ਅਸੀਂ ਟੈਕਸ ਭਰਦੇ ਹਾਂ ਇਸ ਬਲੈਕਮੇਲਰ ਨੇ ਕਿੰਨਾ ਟੈਕਸ ਭਰਿਆ ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿਆ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਅਸੀਂ ਟੈਕਸ ਤੁਹਾਨੂੰ ਦਿਆ ਕਰੀਏ ਜਾਂ ਇਹਨਾਂ ਨੂੰ ਦੇ ਦਿਆ ਕਰੀਏ ਕਿਉਂਕਿ ਇਹ ਤਾਂ ਦਾਅਵਾ ਕਰਦੇ ਹਾਂ ਵੀ ਅਥਾਰਟੀ ਤਾਂ ਅਸੀਂ ਹੈ ਸਾਡੇ ਘਰ ਕਚਹਿਰੀ ਲੱਗਦੀ ਹੈ ਸੋ ਮਾਨ ਸਾਹਿਬ ਸੀ ਐਮ ਸਾਹਿਬ ਤੋਂ ਸਾਨੂੰ ਇਸ ਬਲੈਕਮੇਲਰਾਂ ਦੇ ਖਿਲਾਫ ਸਖ਼ਤ ਐਕਸ਼ਨ ਦੀ ਉਮੀਦ ਹੈ ਇਕੱਲਾ ਸਾਨੂੰ ਹੀ ਉਮੀਦ ਨਹੀਂ ਮੇਰੇ ਖਿਆਲ ਪੰਜਾਬ ਦੇ ਹਰ ਜੈਨੂਅਨ ਕਾਰੋਬਾਰੀ ਨੂੰ ਹਰ ਬਿਜ਼ਨਸਮੈਨ ਨੂੰ ਉਮੀਦ ਹੋਊਗੀ ਵੀ ਐਵੇਂ ਦੇ ਬਲੈਕਮੇਲਰਾਂ 'ਤੇ ਨੱਥ ਪਾਈ ਜਾਊਗੀ ਧੰਨਵਾਦ